ਸ਼ਹੀਦਾਂ ਦੇ ਰਹੂਗਾ ਤੇਰਾ ਨਾਮ ਉਚੇਰਾ ਵਾਹ ਭਾਈ ਗੁਰਦੇਵ ਸਿੰਘਾ ਕੌਂਕੇ ਵਾਲਿਆ ਬੱਬਰ ਸ਼ੇਰਾ ਮਾਰ ਕੇ ਵੀ ਮਰਦੇ ਨਹੀਂ ਉਹ ਜੋੜੇ ਮਾਰ ਕੇ ਵੀ ਮਰਦੇ ਨਹੀਂ ਜਿਹੜੇ ਅਣਖਿਆਲ ਨਹੀਂ ਮਰਦੇ ਜੱਗ ਪੂਜੇ ਉਹਨਾਂ ਨੂੰ ਜਿਹੜੇ ਨਦੀ ਸ਼ਹਾਦਤ ਤਰਦੇ ਆ ਬੋਲ ਆਖੜ ਗਿਆ ਤੂੰ ਜੋੜੇ ਗੈਰਤ ਦਿਆ ਸ਼ਮੇਰਾ ਵਾਹ ਭਾਈ ਗੁਰਦੇਵ ਸਿੰਘਾ ਕੌਂਕੇ ਵਾਲਿਆ ਬੱਬਰ ਸ਼ੇਰਾ ਦਰਦ ਜਲਾਬੇ ਨੇ ਇਹਨੂੰ ਫੜ ਸੂਰਮਿਆਂ ਕੋਇਆ ਧਰਤੀ ਦੀ ਤਾਂ ਨਿਕਲੀ ਹੋਵੇ ਗਾਇੰਬਰ ਵੀ ਰੋਇਆ ਸ਼ਬਦ ਨੂੰ ਤਾਹਾਂ ਮਾਰੇ ਜਾ ਚੁਫੇਰਾ ਵਾਹ ਭਾਈ ਗੁਰਦੇਵ ਸਿੰਘਾ ਕੌਂਕੇ ਵਾਲਿਆ ਬੱਬਰ ਸ਼ੇਰਾ ਆਕੇ ਅੰਤ ਸਵਾਸਾ ਦੇ ਤੇਰੀ ਕੇਵ ਰਹੀ ਜਥੇਦਾਰੀ ਕੋਈ ਲਾਲਚ ਪਾਇਆ ਨਾ ਨਿਭਗੀ ਸਿਰ ਦੇ ਨਾਲ ਸਰਦਾਰੀ ਕੰਧਾਂ ਵੀ ਕੰਬ ਗਈਆਂ ਵੱਟ ਕੇ ਥੱਪੜ ਮਾਰਿਆ ਸੀ ਤੂੰ ਵੱਟ ਕੇ ਥੱਪੜ ਮਾਰਿਆ ਪੁੱਤ ਕਲਗੀ ਧਰਦਾ ਹੈ ਥੱਪੜ ਮਾਰਿਆ ਤੇਲ ਲਕਾਰਿਆ ਸੰਗਤ ਜੀ ਟੁੱਕ ਦਿੱਤਾ ਟੋਕਿਆ ਦੁਨੀਆ ਧਰਮ ਤੱਕੜ ਦੇ ਪੂਰਾ ਲੱਖ ਨਾਮ ਸਕਾਰ ਤੈਨੂੰ ਐਸਾ ਮਾਰੇ ਜਣਿਆ ਸੂਰਾ ਨਹੀਂ ਭੁੱਲਦਾ ਵੈਰੀ ਨੂੰ ਸੇਤਾ ਪਾਰ ਜਿਨਾਰਾ ਡੇਰਾ ਵਾਹ ਭਾਈ ਗੁਰਦੇਵ ਸਿੰਘਾ ਭਾਈ ਸਾਹਿਬ ਤੇ ਤਸ਼ੱਦਦ ਕੀਤਾ ਸਵਰਨਾ ਘੋਟਣਾ ਵੀ ਮਾਰਿਆ ਗਿਆ ਮਰ ਗਿਆ ਤੇ ਹਰਭਜਨ ਸੋਢੀ ਉਹ ਵੀ ਕਹਿੰਦੇ ਦਿੱਲੀ ਨੂੰ ਜਾਂਦਾ ਐਕਸੀਡੈਂਟ ਹੋਇਆ ਜੇ ਭਾਈ ਸਾਹਿਬ ਦੇ ਟੁਕੜੇ ਕੀਤੇ ਸੀ ਨਾ ਉਸ ਜਲਾਦ ਨੇ ਤੇ ਹਾਲ ਉਹਦੀ ਵੀ ਬੁਰੀ ਹੋਈ।
ਕਹਿੰਦੇ ਐਕਸੀਡੈਂਟ ਇੰਨਾ ਭਿਆਨਕ ਹੋਇਆ ਕਿ ਕਾਰਾਂ ਥੱਲੇ ਦਰੜਿਆ ਗਿਆ, ਉਹਦੇ ਸਰੀਰ ਦੀਆਂ ਬੋਟੀਆਂ ਨੂੰ ਰੰਬੀਆਂ ਨਾਲ ਖੁਰਚ ਖੁਰਚ ਕੇ ਸੜਕ ਤੋਂ ਲਾਇਆ ਗਿਆ ਸੀ। ਜੇ ਭਾਈ ਸਾਹਿਬ ਤੇ ਤਸ਼ੱਦਦ ਕੀਤਾ ਤੇ ਉਹਦੀ ਮੌਤ ਬੜੀ ਭਿਆਨਕ ਹੋਈ, ਪਰ ਭਾਈ ਸਾਹਿਬ ਦਾ ਸਿੱਖ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਨਾਲ ਨਾਂ ਲਿਖਿਆ ਗਿਆ ਤੇ ਇਹਨਾਂ ਦੁਸ਼ਟਾਂ ਨੂੰ ਸਦਾ ਲੋਕ ਦਰਕਾਰ ਦੀ ਰਹਿਣਗੇ।